are watching Channel Y. Channel Y, a South Asian Canadian channel. ਬਾਹਰ ਜੋ ਤਾਂ ਵੱਡੇ ਬਾਦਲ ਦਾ OSD ਸੀ ਜੀ, ਵੱਡੇ ਬਾਦਲ ਰਹਿੰਦਾ ਸੀਗਾ। ਨਹੀਂ ਉਹ ਅਸੀਂ ਉਹਨਾਂ ਦੇ ਨਾਲ ਸਿਕਿਉਰਿਟੀ 'ਚ ਲੱਗਿਆ ਹੋਇਆ ਸੀਗਾ, ਕਾਂਸਟੇਬਲ ਸੀਗਾ ਅਸੀਂ। ਬਠਿੰਡਾ ਦੀ ਦੁਖਦਾਈ ਖਬਰ ਜਿਹੜੀ ਆਈ ਹੈ, ਵੱਡੇ ਬਾਦਲ ਸਾਹਿਬ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੁਰੱਖਿਆ ਕਰਮਚਾਰੀ ਜਿਨ੍ਹਾਂ ਦੀ ਡੈੱਥ ਹੋ ਗਈ, ਇੱਥੋਂ ਡੈੱਡ ਬੋਡੀ ਇਹ ਨਹਿਰ ਦੇ ਵਿੱਚੋਂ ਮਿਲੀ ਹੈ, ਇਹ ਸਰੰਦ ਨਹਿਰ ਬਠਿੰਡੇ ਦੀ। ਸਵੇਰੇ ਕੱਲ੍ਹ ਗੱਡੀ ਡਿੱਗੀ, ਉਹਨਾਂ ਦੀ ਸਕਾਰਪੀਓ ਗੱਡੀ ਸੀ, ਉਹ ਕੱਢ ਲਿੱਤੀ ਗਈ। ਉਸ ਤੋਂ ਬਾਅਦ ਅੱਜ ਸੁਬਾਹ ਹੁਣ ਅਸੀਂ ਉੱਥੇ ਹੀ ਖੜ੍ਹੇ ਹਾਂ ਜਿੱਥੋਂ ਇਹ ਡੈੱਡ ਬੋਡੀ ਨਿਕਲੀ ਹੈ। ਇਹ ਦੱਸਿਆ ਜਾਂਦਾ ਹਰਜੋਤ ਸਿੰਘ ਪੁੱਤਰ ਗੁਰਜੰਟ ਸਿੰਘ, 28 ਸਾਲ ਦੀ ਉਮਰ ਦੱਸੀ ਜਾ ਰਹੀ ਹੈ। ਅਤੇ ਇਹ ਕਾਫੀ ਦੇਰ ਤੋਂ ਇਹਨਾਂ ਦੇ ਪਹਿਲਾਂ ਫਾਦਰ ਸੀ ਜਿਹੜੇ ਬਾਦਲ ਪਰਿਵਾਰ ਨਾਲ ਸੁਰੱਖਿਆ ਕਰਮਚਾਰੀ ਸੀ, ਅਤੇ ਉਸ ਤੋਂ ਬਾਅਦ ਉਹਨਾਂ ਦੀ ਡੈੱਥ ਹੋਣ ਤੋਂ ਬਾਅਦ ਇਹਨਾਂ ਨੇ ਭਰਤੀ ਕਰਾ ਕੇ ਬਾਦਲ ਸਾਹਿਬ ਨੇ ਉਦੋਂ ਬਾਅਦ ਇਹਨਾਂ ਨੂੰ ਨਾਲ ਰੱਖਿਆ ਹੋਇਆ ਸੀ, ਕਿਉਂਕਿ ਸਾਰਾ ਕੁਛ ਇਹੀ ਦੇਖਦੇ ਸੀ। ਇਹ ਹਰਜੋਤ ਜੋ ਕਾਫੀ ਦੇਰ ਤੋਂ ਜਿਹੜੇ ਨਜ਼ਦੀਕੀ ਜਿਹੜੇ ਇਹਨਾਂ ਦੇ ਬਾਦਲ ਸਾਹਿਬ ਦੇ, ਦੱਸਿਆ ਜਾ ਰਿਹਾ ਸਾਡੇ ਨਾਲ ਇੱਥੇ ਹੋਰ ਵੀ ਪੁਲਿਸ ਮੁਲਾਜ਼ਮ ਆ ਜਿਹੜੇ, ਇਹ ਛਾਣਬੀਨ ਕੀਤੀ ਜਾ ਰਹੀ ਹੈ, ਡੂੰਘਾਈ ਨਾਲ ਛਾਣਬੀਨ ਹੋ ਰਹੀ ਹੈ। ਇਹ ਕਿਸ ਤਰ੍ਹਾਂ ਇੱਥੇ ਗੱਡੀ ਪਹੁੰਚੀ ਹੈ ਅਤੇ ਕਿਵੇਂ ਆਇਆ, ਪਹਿਲਾਂ ਕੱਲ੍ਹ ਗੱਡੀ ਇਹਦੇ ਵਿੱਚੋਂ ਨਹਿਰ ਦੇ ਵਿੱਚੋਂ ਕੱਢ ਲਿੱਤੀ ਗਈ ਹੈ, ਇਸ ਤੋਂ ਬਾਅਦ ਡੈੱਡ ਬੋਡੀ ਹੈ ਜਿਹੜੀ ਉਹ ਵੀ ਕੱਢੀ ਹੈ, ਅਤੇ ਉਹਨਾਂ ਦੇ ਜਿਹੜੇ ਦੋਸਤ ਸੀ ਉਹ ਮੌਕੇ 'ਤੇ ਪਹੁੰਚੇ ਆ। ਹਰਜੋਤ ਦੱਸਿਆ ਜਾ ਰਿਹਾ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਇਹ ਪਰਿਵਾਰ ਨਾਲ ਜੁੜਿਆ ਹੋਇਆ ਸੀ, ਸਾਰੇ ਕੰਮ ਜਿਹੜੇ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਨਾਲ ਰਹਿੰਦੇ ਸੀ ਅਤੇ ਦੇਖਦੇ ਸੀ। ਦੱਸਿਆ ਜਾ ਰਿਹਾ ਵੀ ਨਜ਼ਦੀਕੀਆਂ ਤੋਂ ਜਿਹੜੇ ਨੇੜੇ ਉਹਨਾਂ ਦੇ ਦੋਸਤ ਸੀ, ਕਹਿੰਦੇ ਇੱਕ ਸੱਜੀ ਬਾਂਹ ਵਾਂਗੂ ਜਿਹੜੇ ਕੰਮ ਕਰਦਾ ਸੀ ਹਰਜੋਤ ਸਿੰਘ, ਛੋਟੀ ਉਮਰ ਦੇ ਵਿੱਚ ਇਹ ਬਾਦਲ ਪਰਿਵਾਰ ਦੇ ਨਾਲ ਜੁੜਿਆ ਹੋਇਆ ਸੀ, ਅਤੇ ਉਹਨਾਂ ਦੀ ਜਿਹੜੀ ਹੈ ਇੱਥੋਂ ਡੈੱਡ ਬੋਡੀ ਇਹ ਨਹਿਰ ਦੇ ਵਿੱਚੋਂ ਕੱਢੀ ਆ। ਅਤੇ ਮੌਕੇ 'ਤੇ ਸਹਾਰਾ ਜਨ ਸੇਵਾ ਦੇ ਵਰਕਰ ਵੀ ਪਹੁੰਚੇ ਆ। ਸਰ, ਮੇਰਾ ਨਾਮ ਸੰਦੀਪ ਗਿੱਲਾ, ਸਹਾਰਾ ਜਨ ਸੇਵਾ ਵਰਕਰ ਆ। ਸਾਨੂੰ ਅੱਜ ਫੋਨ ਆਇਆ ਸੀ ਕਿ ਬਠਿੰਡਾ ਸਰਹੰਦ ਨਹਿਰ 'ਚ ਇੱਕ ਡੈੱਡ ਬੋਡੀ ਹੈ। ਮੈਂ ਉੱਥੇ ਆ ਕੇ ਮੌਕੇ 'ਤੇ ਪਹੁੰਚਿਆ ਅਤੇ ਮੁਲਾਜ਼ਮਾਂ ਨੂੰ ਇਤਲਾਹ ਦਿੱਤੀ। ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ ਉਹਦੀ ਡੈੱਡ ਬੋਡੀ ਬਾਹਰ ਕੱਢੀ, ਅਤੇ ਉਹਦਾ ਨਾਮ ਹਰਜੋਤ ਆ, ਉਹ ਵੱਡੇ ਬਾਦਲ ਦਾ OSD ਸੀ ਜੀ, ਵੱਡੇ ਬਾਦਲ ਨਾਲ ਰਹਿੰਦਾ ਸੀਗਾ। ਹਰਜੋਤ ਆ ਜੀ ਨਾਮ, ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਦਾ OSD ਸੀ ਸਰ। ਉਮਰ ਸਰ 24 ਸਾਲ ਆ। ਅਸੀਂ ਇਹਦੀ ਡੈੱਡ ਬੋਡੀ ਸਿਵਲ ਹਸਪਤਾਲ ਮੋਰਚਰੀ ਘਰ ਵਿੱਚ ਲੈ ਕੇ ਜਾ ਰਹੇ। ਗੱਡੀ ਸਰ ਕੱਲ੍ਹ ਡੁੱਬੀ ਸੀ ਸਰ, 1 ਵਜੇ ਡੁੱਬੀ ਸੀ, 10:30 ਕੱਢੀ ਆ ਸਰ। ਉਹ ਸਕੋਰਪੀਓ ਗੱਡੀ ਸੀ ਦੇ ਨਾਲ। SHO ਜਿਹੜੇ ਹੈਗੇ ਇੱਥੇ ਕੈਂਟ ਥਾਣੇ ਦੇ SHO ਆ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨੀ ਚਾਹਾਂਗੇ। ਇਹ ਕੀ ਨਾਮ ਸੀ ਸਰ ਇਹਦਾ, ਆਪਣਾ ਕੀ ਨਾਮ ਹੈ? ਇਹਦਾ ਨਾਮ ਹਰਜੋਤ ਸਿੰਘ ਸੀਗਾ ਜੀ। ਅੱਛਾ ਜੀ। ਅਤੇ ਕੱਲ੍ਹ ਗੱਡੀ ਨਹਿਰ ਦੇ ਵਿੱਚੋਂ ਮਿਲੀ ਸੀਗੀ। ਹਾਂਜੀ, ਕੁਛ ਪਤਾ ਲੱਗਿਆ, ਕੋਈ ਮਿਲਿਆ? ਕੋਈ ਨਹੀਂ, ਅਜੇ ਇਨਕੁਆਇਰੀ ਕਰ ਰਹੇ ਆ। ਹੈ ਹਰਜੋਤ ਨਾਮ ਸੀ, ਹਰਜੋਤ ਸਿੰਘ। ਅਤੇ ਨਾਲ ਤੁਹਾਨੂੰ ਇਹ ਦੱਸ ਦਈਏ, ਇਹ ਜਿਹੜਾ ਨਹਿਰ ਆ, ਜਿਹੜੀ ਸਰੰਦ ਨਹਿਰ ਆ ਬਠਿੰਡੇ ਦੀ, ਅਤੇ ਨਾਲ ਹੀ ਇੱਥੇ 4-5 ਜਿਹੜਾ ਫੇਸ ਆ, ਕਲੋਨੀ ਪੈਂਦੀ ਆ, 4-5 ਫੇਸ ਪੈਂਦਾ, ਉਹਦੇ ਨਾਲ ਹੀ ਇਹ ਜਿਹੜੀ ਨਾਲ ਪੁਲੀ ਜਾਂਦੀ ਹੈ, ਰਸਤਾ ਜਾਂਦਾ ਜਿਹੜਾ ਸਿੱਧਾ ਬੀਬੀ ਵਾਲਾ ਪਿੰਡ ਨੂੰ ਨਿਕਲਦਾ, ਇਹ ਕੱਚਾ ਰਸਤਾ। ਅਤੇ ਲੋਕਾਂ ਦਾ ਕਹਿਣਾ, ਜਿਹੜੇ ਜਿਨ੍ਹਾਂ ਨੇ ਦੱਸਿਆ ਅਤੇ ਜਾਣਕਾਰੀ ਦਿੱਤੀ ਹੈ, ਵੀ ਇਹ ਰਸਤਾ ਜਿਹੜਾ ਜਾਂਦਾ ਬੀਬੀ ਵਾਲੇ ਪਿੰਡ ਨੂੰ ਜਾਂਦਾ ਅਤੇ ਅੱਗੇ ਜਾ ਕੇ ਨਿਕਲਦਾ, ਅਤੇ ਇੱਥੇ ਇਹ ਇਸ ਰਸਤੇ ਤੋਂ ਹੀ ਇਹ ਕਿਤੇ ਗੁਜ਼ਰਦਾ ਹੋਊਗਾ। ਬਾਕੀ ਜਿਹੜੀ ਇਹ ਛਾਣਬੀਨ ਇਹਦੀ ਕੀਤੀ ਜਾ ਰਹੀ ਆ। ਹਰਜੋਤ ਇੱਥੇ ਕਿਸ ਤਰ੍ਹਾਂ ਆਇਆ, ਕਿਵੇਂ ਆਇਆ, ਇਹ ਪੁਲਿਸ ਵੱਲੋਂ ਡਿੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਤੇ SSP ਨਾਨਕ ਸਿੰਘ ਵੀ ਇੱਥੇ ਪਹੁੰਚ ਚੁੱਕੇ ਆ। ਸਵੇਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਕ ਡੈੱਡ ਬੋਡੀ ਹੈ। ਕੱਲ੍ਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਗੱਡੀ ਇਹਦੇ ਵਿੱਚ ਡਿੱਗ ਪਈ ਹੈ, ਜਿਹੜੀ ਨਹਿਰ ਜਾਂਦੀ ਹੈ। ਅਤੇ ਇਹ ਕਨਫਰਮ ਹੋਇਆ ਕਿ ਹਰਜੋਤ C2 ਹੈ, ਹੈੱਡ ਕਾਂਸਟੇਬਲ ਕਮਾਂਡੋ ਦਾ, 4th ਕਮਾਂਡੋ ਦਾ, ਉਹਦੀ ਬੋਡੀ ਰਿਕਵਰ ਹੋਈ ਹੈ ਇੱਥੋਂ। ਕਿੰਨੀ ਕੁ ਸਰ ਏਜ ਸੀ ਉਹਦੀ? ਏਜ ਅਰਾਊਂਡ 30 ਈਅਰਸ ਇਹਦੀ ਹੋਏਗੀ। ਬਟ ਇਸ ਤਰ੍ਹਾਂ ਇਹ ਗੱਡੀ ਇੱਥੇ ਆਈ, ਉਹ ਸਾਰਾ ਕੁਛ ਦੇਖ ਰਹੇ ਹਾਂ। ਕੱਲ੍ਹ ਜਿਹੜੇ ਇੱਥੇ ਬੰਦੇ ਸੀਗੇ ਮੌਕੇ 'ਤੇ ਜਿਨ੍ਹਾਂ ਨੇ ਦੇਖਿਆ ਸੀ, ਉਹ ਕਹਿੰਦੇ ਸੀਗੇ ਕਿ ਇਹਦੇ ਨਾਲ ਇੱਕ ਹੋਰ ਆਕੂਪੈਂਟ ਸੀਗਾ। ਸੋ ਇਹਦੇ ਫੋਨਸ ਵਗੈਰਾ ਸਾਨੂੰ ਮਿਲ ਗਏ, ਫੋਨਸ ਵੀ ਅਸੀਂ ਐਨਾਲਾਈਜ਼ ਕਰ ਰਹੇ ਹਾਂ। ਹੋਰ ਵੀ ਜਿਹੜੇ ਮੌਕੇ 'ਤੇ ਬੰਦੇ ਸੀ ਉਹਨਾਂ ਨਾਲ ਵੀ ਗੱਲ ਕਰਕੇ ਦੇਖਾਂਗੇ।
ਕਿੰਨੀ ਦੇਰ ਹੋ ਗਈ ਸੀ ਉਹਨਾਂ ਦੇ ਬਾਦਲ ਸਾਹਿਬ ਦੇ ਨੇੜੇ? ਉਹ ਤਾਂ ਰਿਕਾਰਡ ਦੇਖ ਕੇ ਪਤਾ ਲੱਗਿਆ ਕਿੰਨੀ ਦੇਰ ਦਾ ਉਹਨਾਂ ਦੇ ਨਾਲ ਸੀਗਾ, ਬਟ ਇੰਨਾ ਜ਼ਰੂਰ ਹੈ ਕਿ ਉਹਨਾਂ ਦੀ ਸਿਕਿਉਰਿਟੀ ਡਿਪਲੋਇਡ ਸੀਗਾ। ਗੱਡੀ ਇਹਦੀ ਕੱਢ ਕੇ ਗੱਡੀ ਥਾਣੇ 'ਚ, ਗੱਡੀ 'ਚ ਵੀ ਸਰਚ ਵੀ ਕੀਤਾ, ਉਹ 'ਚੋਂ ਦੋ ਫੋਨਸ ਮਿਲੇ, ਕੁਛ ਹੋਰ ਡਾਕੂਮੈਂਟਸ ਮਿਲੇ, ਉਹ ਸਾਰੀਆਂ ਚੀਜ਼ਾਂ ਐਗਜ਼ਾਮਿਨ ਕਰਾਂਗੇ। ਅਸੀਂ ਡਾਕਟਰ ਨਾਨਕ ਸਿੰਘ SSP ਸਾਹਿਬ ਨੇ ਦੱਸਿਆ ਵੀ ਇਹ ਜਿਹੜੀ ਹਰਜੋਤ ਸਿੰਘ ਸੀ ਜਿਹੜੇ ਆਪਣੇ ਬਾਦਲ ਸਾਹਿਬ ਦੇ ਨਾਲ ਇੱਕ ਸੁਰੱਖਿਆ ਕਰਮਚਾਰੀ ਸੀ ਅਤੇ ਉਹਨਾਂ ਦੇ ਡਾਕੂਮੈਂਟ ਮਿਲ ਚੁੱਕੇ ਆ ਅਤੇ ਇਹ ਗੱਡੀ ਜਿਹੜੀ ਉਹ ਕੱਢ ਲੈਤੀ ਹੈ, ਡੈੱਡ ਬੋਡੀ ਮਿਲ ਚੁੱਕੀ ਹੈ ਅਤੇ ਇਹਨਾਂ ਨੇ ਛਾਣਬੀਨ ਦੱਸਿਆ, ਛਾਣਬੀਨ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਇਹਦਾ ਪੂਰਾ ਖੁਲਾਸਾ ਕੀਤਾ ਜਾਏਗਾ ਕਿਸ ਤਰ੍ਹਾਂ ਆਈ ਹੈ, ਕਿਵੇਂ ਗੱਡੀ ਆਈ ਹੈ ਅਤੇ ਕਿਸ ਤਰ੍ਹਾਂ ਇੱਥੇ ਪਹੁੰਚਿਆ। ਮੈਂ ਨਰੇਸ਼ ਸ਼ਰਮਾ, ਚੈਨਲ ਵਾਈ, ਬਠਿੰਡਾ। You are watching Channel Y, a South Asian Canadian channel.